ਦੋਸਤੋ ਸਵਾਗਤ ਹੈ ਤੁਹਾਡਾ ਪੋਲੀਟੀਕਲ ਪ੍ਰੋਫਾਈਲ ਪ੍ਰੋਗਰਾਮ ਦੇ ਵਿੱਚ। ਜਿੱਦਾਂ ਤੁਸੀਂ ਜਾਣਦੇ ਆ ਮਈ ਦੇ ਮਹੀਨੇ ਬੀਸੀ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਾਂ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਨੇ। ਸਾਡੀ ਕਮਿਊਨਿਟੀ ਕਾਫੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਦਿਲਚਸਪੀ ਲੈਂਦੀ ਆ। ਸਾਡੀ ਕਮਿਊਨਿਟੀ ਦੀ ਕਾਫੀ ਇਨਵੋਲਵਮੈਂਟ ਹੁੰਦੀ ਆ, ਫਾਈਨੈਂਸ਼ਲੀ ਵੀ, ਇਮੋਸ਼ਨਲੀ ਵੀ, ਫਿਜ਼ੀਕਲੀ ਵੀ ਅਸੀਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਭਾਗ ਲੈਂਦੇ ਹਾਂ। ਸਾਡੀ ਕਮਿਊਨਿਟੀ ਦੇ ਨੁਮਾਇੰਦੇ ਵੀ ਕਾਫੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਭਾਗ ਲੈਂਦੇ ਆ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ ਇਹਨਾਂ ਪਰਸਨੈਲਿਟੀਜ਼ ਨੂੰ ਜਿਹੜੀਆਂ ਕਿ ਇਸ ਇਲੈਕਸ਼ਨ ਦੇ ਵਿੱਚ NDP ਅਤੇ ਲਿਬਰਲ ਪਾਰਟੀ ਦੇ ਨਾਲ ਖੜੀਆਂ ਹੋ ਰਹੀਆਂ ਅਤੇ ਇਹ ਸੀਟਾਂ ਜਿਹੜੀਆਂ ਕੰਟੈਸਟ ਹੋ ਰਹੀਆਂ ਨੇ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਇਕੱਲੇ ਅਸੀਂ ਕੈਂਡੀਡੇਟਸ ਬਾਰੇ ਨਾ ਜਾਣੀਏ, ਪਰ ਉਹਨਾਂ ਦੀ ਆਈਡੀਓਲੋਜੀ ਬਾਰੇ, ਉਹਨਾਂ ਦੇ ਐਕਸਪੀਰੀਅੰਸ ਬਾਰੇ ਅਤੇ ਉਹਨਾਂ ਦੀ ਜਿਹੜੀ ਸੋਚ ਆ ਉਹ ਤੁਹਾਡੇ ਰੂਬਰੂ ਕਰੀਏ ਤਾਂ ਕਿ ਤੁਹਾਨੂੰ ਜਿਹੜੀ ਮਈ 9 ਤਰੀਕ ਨੂੰ ਡਿਸੀਜਨ ਬਣਾਉਣੀ ਆ ਉਹ ਸੌਖੀ ਹੋ ਜਾਵੇ। ਅੱਜ ਦੋਸਤ ਅਸੀਂ ਜਿਹੜਾ ਆਪਣਾ ਪਹਿਲਾ ਪ੍ਰੋਗਰਾਮ ਆ ਇਹਦੇ ਵਿੱਚ ਸ੍ਰੀ ਪੈਨਾਰਾਮਾ ਦੀ ਕੈਂਡੀਡੇਟ ਪੁਨੀਤ ਸੰਧਰ ਨੂੰ ਤੁਹਾਡੇ ਰੂਬਰੂ ਕਰਾਂਗੇ। ਪੁਨੀਤ ਸੰਧਰ ਇੱਕ ਪੜ੍ਹੀ ਲਿਖੀ ਜਿਹੜੀ ਇੱਥੇ ਨੌਜਵਾਨ ਜਿਹੜੀ ਲੜਕੀ ਆ, ਸਿੱਖ ਕੌਮ ਕਮਿਊਨਿਟੀ ਦੇ ਨਾਲ ਜੁੜੀ ਹੋਈ, ਪੰਜਾਬੀ ਕਮਿਊਨਿਟੀ ਦੇ ਨਾਲ, ਉਹਨਾਂ ਦੀ ਆਪਦੀ ਲਾਅ ਪ੍ਰੈਕਟਿਸ ਆ ਸਰੀ ਦੇ ਵਿੱਚ ਅਤੇ ਉਹ ਫੈਮਿਲੀ ਜਿਹੜੀ ਉਹਨਾਂ ਦੀ ਸਰੀ ਵਿੱਚ ਰਹਿ ਰਹੀ ਕਾਫੀ ਚਿਰ ਤੋਂ, ਰਾਈਡਿੰਗ ਦੇ ਉਹ ਰੈਜ਼ੀਡੈਂਟ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਪੁਨੀਤ ਸੰਧਰ ਦੇ ਰੂਬਰੂ ਕਰਾਉਂਦੇ ਹਾਂ। ਪੁਨੀਤ ਜੀ, ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਹੂ ਇਜ਼ ਪੁਨੀਤ ਸੰਧਰ? ਤੁਸੀਂ, ਤੁਹਾਡਾ ਬਰਥ ਕਿੱਥੇ ਹੋਇਆ, ਤੁਸੀਂ ਕਿੱਥੋਂ ਆਏ? ਜੀ, ਵੈਲ, ਮੇਰਾ ਬਰਥ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਹੋਇਆ ਸੀਗਾ ਜੀ। ਐਕਚੁਅਲੀ ਹੁਸ਼ਿਆਰਪੁਰ ਸਿਟੀ ਦੇ ਵਿੱਚ ਪੇਰੈਂਟਸ ਮੇਰੇ ਦੋਵੇਂ ਪ੍ਰੋਫੈਸਰ ਸੀਗੇ, ਖਾਲਸਾ ਕਾਲਜ ਮਾਲਪੁਰ ਪੜ੍ਹਾਉਂਦੇ ਸੀਗੇ, ਸੋ ਅਸੀਂ ਕਾਲਜ ਕੈਂਪਸ 'ਚ ਹੀ ਰਹੇ ਹਾਂ। ਸੋ ਮੇਰੀ ਆਈ ਥਿੰਕ ਅੰਟਿਲ ਗ੍ਰੇਡ 10 ਮੈਂ ਮਾਲਪੁਰ ਹੀ ਰਹੀ ਹਾਂ। ਐਜੂਕੇਸ਼ਨ ਮੇਰੀ ਹੁਸ਼ਿਆਰਪੁਰ ਸੀਗੀ, ਸੇਂਟ ਜੋਸਫ ਕੋਨਵੈਂਟ ਸਕੂਲ ਤੋਂ, ਅਤੇ ਉਸ ਤੋਂ ਬਾਅਦ ਕਾਲਜ, ਗਵਰਨਮੈਂਟ ਕਾਲਜ ਹੁਸ਼ਿਆਰਪੁਰ, ਐਂਡ ਦੈਨ ਲਾਅ ਮੈਂ ਕੀਤੀ ਸੀਗੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਸੋ ਓਰੀਜਨਲ ਜੰਪਲ ਸਾਰੀ ਪੰਜਾਬ ਦੇ ਵਿੱਚ ਹੈ, ਅਤੇ ਉਸ ਤੋਂ ਬਾਅਦ ਕੈਨੇਡਾ ਆਈ ਸੀ 2002 ਦੇ ਵਿੱਚ, ਅਤੇ ਉਦੋਂ ਦੇ ਮੈਂ ਇੱਥੇ ਕੈਨੇਡਾ ਵਿੱਚ ਹੈਗੀ ਹਾਂ। ਅਤੇ ਪਿੱਛੋਂ ਮੇਰੇ ਜਿਹੜੇ ਦਾਦਕੇ ਹੈਗੇ ਨੇ ਉਹ ਵੈਸੇ ਪਟਿਆਲੇ ਤੋਂ ਨੇ, ਤੇ ਨਾਨਕੇ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਨੇ। ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਜੀ। ਆਪਣੀ ਜੀ, ਤੁਸੀਂ ਜਦੋਂ 2002 'ਚ ਕੈਨੇਡਾ ਆ ਗਏ, ਇੱਥੇ ਕੀ ਕੀਤਾ ਆ ਕੇ? 2002 ਜਦੋਂ ਪਹਿਲਾਂ ਕੈਨੇਡਾ ਆਏ ਸੀ, ਜਿਸ ਰੈਗੂਲਰ, ਜਿਵੇਂ ਹਰ ਇਮੀਗ੍ਰੈਂਟ ਯੂ ਨੋ ਆਪਣੇ ਰੈਗੂਲਰ ਚੈਲੰਜਸ 'ਚੋਂ ਨਿਕਲਦਾ ਹੈ, ਆਏ ਪਹਿਲਾਂ ਮੈਂ ਅਤੇ ਮੇਰਾ ਹਸਬੈਂਡ ਦੋਵੇਂ ਇੱਥੇ ਸੀਗੇ, ਸਾਡੀ ਕੋਈ ਯੂ ਨੋ ਇਮੀਡੀਏਟ ਫੈਮਿਲੀ ਇੱਥੇ ਨਹੀਂ ਸੀਗੀ। ਫੋਕਸ ਪਹਿਲਾਂ ਸੀਗਾ ਵੀ ਆਪਣੀ ਪੜ੍ਹਾਈ ਅਪਗ੍ਰੇਡ ਕਰੀਏ, ਬਿਕੋਜ਼ ਮੈਂ ਇੰਡੀਆ ਤੋਂ ਵਕਾਲਤ ਕੀਤੀ ਹੋਈ ਸੀਗੀ, ਸੋ ਆ ਕੇ ਆਪਣੀ ਲਾਅ ਅਪਗ੍ਰੇਡ ਕੀਤੀ। ਜਿਵੇਂ ਸਾਰੇ ਇਮੀਗ੍ਰੈਂਟਸ ਜਿਹੜੀ ਉਹਨਾਂ ਦੀ ਸਟਰਗਲ ਹੁੰਦੀ ਹੈ, ਯੂ ਨੋ ਜੋਬਸ ਕੀਤੀਆਂ, ਨਾਲ ਯੂ ਨੋ ਸ਼ਾਮ ਨੂੰ ਆ ਕੇ ਪੜ੍ਹਨਾ, ਵੀਕਐਂਡਸ 'ਤੇ ਲਾਇਬ੍ਰੇਰੀ 'ਤੇ ਬੈਠ ਕੇ ਪੜ੍ਹਨਾ, ਨਾਲ ਦੀ ਨਾਲ ਐਗਜ਼ਾਮਸ ਦਿੱਤੇ, ਕਾਲ ਸੈਂਟਰ 'ਚ ਮੈਂ ਕੰਮ ਸ਼ੁਰੂ ਕੀਤਾ ਸੀਗਾ, ਐਂਡ ਜਦੋਂ ਫਿਰ ਐਜੂਕੇਸ਼ਨ ਕੰਪਲੀਟ ਹੋ ਗਈ ਫਿਰ ਉਦੋਂ ਦੀ ਵਕਾਲਤ ਪ੍ਰੈਕਟਿਸ ਕਰ ਰਹੀ ਹਾਂ। ਹੋਰ ਕੀ, ਆਈ ਮੀਨ, ਵਰ ਦੇਰ ਐਨੀ ਚੈਲੰਜਸ ਜਿਹੜੇ ਸਿਸਟਮ ਦੇ ਵਿੱਚ ਸੀ ਜਿਹੜੇ ਤੁਹਾਨੂੰ ਲੱਗੇ ਕਿ ਦਿਸ ਇਜ਼ ਅਨਫੇਅਰ ਟੂ ਅਸ ਐਟ ਦੈਟ ਟਾਈਮ, ਕਿ ਤੁਸੀਂ ਪੰਜਾਬ ਤੋਂ ਆਏ ਆ, ਪੜ੍ਹੇ ਆ, ਯੂ ਡਨ ਯੂਰ ਲਾਅ, ਹੁਣ ਇੱਥੇ ਆ ਕੇ ਯੂਰ ਗੋਇੰਗ ਥਰੂ ਅ ਨਿਊ ਸਿਸਟਮ, ਇਜ਼ ਦੇਅਰ ਐਨੀਥਿੰਗ ਲਾਈਕ ਦੈਟ, ਕਿ ਤੁਹਾਡੀ ਕੋਈ ਉਦੋਂ ਫੀਲਿੰਗ ਇਦਾਂ ਦੀ ਆਈ ਕਿ ਯੂ ਨੋ ਦੇਅਰ ਸ਼ੁੱਡ ਬੀ ਸਮ ਚੇਂਜ ਹੇਅਰ? ਵੈਲ, ਦੋ ਸਾਈਡਸ ਹੁੰਦੀਆਂ ਨੇ। ਇੱਕ ਤਾਂ ਜਦੋਂ ਮੈਂ ਬਹੁਤ ਯੰਗ ਸੀਗੀ, ਬਹੁਤ 23 ਸਾਲ ਦੀ ਸੀ ਜਦੋਂ ਇੱਥੇ ਆਈ, ਸੋ ਆਪਣੀ ਫੈਮਿਲੀ ਨੂੰ ਛੱਡ ਕੇ ਯੂ ਨੋ ਸਾਰਾ ਕੁਛ ਇੱਥੇ ਨਵੀਂ ਕੰਟਰੀ ਦੇ ਵਿੱਚ, ਆਈ ਵਾਸ ਜਸਟ ਨਿਊਲੀ ਮੈਰਿਡ, ਸੋ ਮੈਰਿਡ ਲਾਈਫ ਨਵੀਂ ਸੀਗੀ, ਸੋ ਚੇਂਜਸ ਬਹੁਤ ਸੀਗੇ, ਅਤੇ ਉੱਪਰੋਂ ਇੱਥੇ ਆ ਕੇ ਫਿਰ ਦੁਬਾਰਾ ਸਾਰੀ ਸੈਟਲ ਹੋਣਾ ਨਵੇਂ ਸਿਸਟਮ ਦੇ ਵਿੱਚ, ਕਲਚਰ ਸ਼ੌਕ ਐਂਡ ਐਜੂਕੇਸ਼ਨ ਸਾਰੀ ਦੁਬਾਰਾ ਅਪਗ੍ਰੇਡ ਕਰਨੀ। ਸੋ ਜਦੋਂ ਉਹ ਸੈਟਲਿੰਗ ਪ੍ਰੋਸੈਸ ਦੇ ਵਿੱਚੋਂ ਨਿਕਲ ਰਹੇ ਸੀ, ਉਦੋਂ ਲੱਗਦਾ ਸੀਗਾ ਵੀ ਦਿਸ ਇਜ਼ ਅਨਫੇਅਰ, ਮੈਨੂੰ ਦੁਬਾਰਾ ਪੜ੍ਹਨਾ ਪੈ ਰਿਹਾ ਹੈਗਾ, ਮੈਨੂੰ ਦੁਬਾਰਾ ਇੱਥੇ ਯੂ ਨੋ ਸੈਟਲ ਹੋਣ ਲਈ ਸਟਰਗਲ ਕਰਨੀ ਪੈ ਰਹੀ ਹੈ। ਬਟ ਹੁਣ ਇੰਨੇ ਸਾਲਾਂ ਤੋਂ ਬਾਅਦ, ਹੁਣ ਜਦੋਂ ਮੈਂ ਇਫ ਆਈ ਲੁੱਕ ਬੈਕ, ਆਈ ਥਿੰਕ ਉਹ ਸਾਰਾ ਹਰੇਕ ਚੀਜ਼ ਦਾ ਇੱਕ ਕਾਰਨ ਸੀਗਾ। ਜੇ ਤੁਸੀਂ ਬਾਹਰੋਂ ਕਿਸੇ ਹੋਰ ਕੰਟਰੀ 'ਚ ਆਉਂਦੇ ਹੋ, ਇੱਥੇ ਆ ਕੇ ਤੁਹਾਨੂੰ ਆਪਣੀ ਐਜੂਕੇਸ਼ਨ ਦੁਬਾਰਾ ਅਪਗ੍ਰੇਡ ਕਰਨੀ ਪੈਂਦੀ ਹੈ, ਆਈ ਥਿੰਕ ਇਟ ਵਾਜ਼ ਬੈਨੀਫਿਸ਼ਲ ਫੋਰ ਮੀ ਟੂ ਅੰਡਰਸਟੈਂਡ ਵਿਦ ਕੈਨੇਡੀਅਨ ਲਾਅਸ ਕਿਵੇਂ ਨੇ, ਫੋਰ ਐਗਜ਼ਾਮਪਲ। ਐਂਡ ਨਵੇਂ ਇਮੀਗ੍ਰੈਂਟਸ ਲਈ ਸੈਟਲ ਹੋਣਾ ਤੁਹਾਨੂੰ ਬਹੁਤ ਔਖਾ ਲੱਗਦਾ ਵੀ ਪਿੱਛੇ ਸਾਰਾ ਕੁਛ ਸੈਟਲ ਸੀਗਾ, ਆਪਣੀਆਂ ਫੈਮਿਲੀਜ਼ ਨੂੰ ਛੱਡ ਕੇ ਆਏ ਹੈ, ਉਹ ਸਟਰਗਲ ਵੀ ਡੈਫੀਨੇਟਲੀ, ਇਟ ਫੀਲਸ ਅਨਫੇਅਰ ਵੀ ਯੂ ਨੋ ਸੈਟਲ, ਸੈਟਲਿੰਗ ਹੋਣ ਵਾਸਤੇ ਟਾਈਮ ਜ਼ਿਆਦਾ ਲੱਗਦਾ। ਬਟ ਅਗੇਨ, ਐਜ਼ ਆ ਸੈਡ, ਵੈਨ ਆਈ ਲੁੱਕ ਬੈਕ, ਐਂਡ ਉਹ ਸਾਰੀ ਜਿਹੜੀ ਜਰਨੀ ਹੈ, ਜਿਹੜੀਆਂ ਸਟਰਗਲਸ ਵੀ ਸੀਗੀਆਂ, ਦੈਟ ਜਸਟ ਮੇਕ ਯੂ ਸਟਰੋਂਗਰ, ਤੁਹਾਨੂੰ ਬੈਟਰ ਅੰਡਰਸਟੈਂਡਿੰਗ ਹੁੰਦੀ ਤੁਹਾਡੀ ਇਨਵਾਇਰਮੈਂਟ ਦੀ। ਜੀ, ਸੋ ਯਾ, ਤੁਹਾਨੂੰ ਇਹ ਲੱਗਦਾ ਕਿ ਆਈ ਥਿੰਕ ਜਿਹੜੀ ਜਨਰਲ ਫੀਲਿੰਗ ਇਹ ਆ ਕਿ ਦਿਸ ਸਿਸਟਮ ਮੇਕਸ ਯੂ ਸਟਰੋਂਗਰ ਐਂਡ ਵਾਈਜ਼ਰ, ਕਿ ਯੂ ਲਰਨ ਕਿ ਜਿਹੜਾ ਇੱਥੇ ਦਾ ਕਲਚਰ ਆ ਜਾਂ ਜਿਹੜੇ ਇੱਥੇ ਦੇ ਲਾਜ਼ ਆ, ਦੇਅਰ ਸਟਿਲ ਅ ਕਲਚਰ ਅਰਾਊਂਡ ਇਟ ਦੈਟ ਯੂ ਹੈਵ ਟੂ ਅਬਾਈਡ ਬਾਏ, ਕਿ ਜਿਹੜੇ ਇੰਡੀਆ ਦੇ ਤੁਹਾਡੀ ਪੜ੍ਹਾਈ ਲਿਖਾਈ ਦੇ ਲਾਅ ਦੇ ਜਿਹੜੇ ਦ ਕਲਚਰ ਸੀਗਾ, ਇਟ ਵਾਸ ਅ ਲਿਟਲ ਬਿਟ ਡਿਫਰੈਂਟ, ਇਟ ਵਾਸ ਅ ਲਿਟਲ ਬਿਟ ਡਿਫਰੈਂਟ, ਦੀ ਇੰਪਲੀਮੈਂਟੇਸ਼ਨ ਵਾਸ ਅ ਲਿਟਲ ਬਿਟ ਡਿਫਰੈਂਟ, ਕੁਛ ਇੱਕ ਲਾਅਜ਼ ਵੀ ਡਿਫਰੈਂਟ ਨੇ, ਜਿਵੇਂ ਇੰਡੀਆ 'ਚ ਆਪਣੀ ਕੈਪੀਟਲ ਪਨਿਸ਼ਮੈਂਟ ਹੁੰਦੀ ਹੈ, ਫਾਂਸੀ ਦੀ ਸਜ਼ਾ ਜਿਹਨੂੰ ਆਪਾਂ ਕਹਿੰਦੇ ਹਾਂ, ਇੱਥੇ ਨਹੀਂ ਹੈਗੀ, ਸੋ ਟੈਕਸ ਸਟਰਕਚਰਸ ਡਿਫਰੈਂਟ ਨੇ, ਸੋ ਉਹ ਸਾਰਾ ਪੜ੍ਹਨਾ ਜ਼ਰੂਰੀ ਹੁੰਦਾ। ਸੋ ਹੁਣ ਜਦੋਂ ਉਸ ਵੇਲੇ ਲੱਗਦਾ ਵੀ ਮੈਨੂੰ ਆਹ ਸਾਰਾ ਕੁਛ ਦੁਬਾਰਾ ਕਰਨਾ ਪੈ ਰਿਹਾ, ਕਿੰਨਾ ਔਖਾ ਹੈ, ਬਟ ਨਾਓ ਆਈ ਅੰਡਰਸਟੈਂਡ ਵਾਈ ਦੇ ਹੈਵ ਦੀਜ਼ ਰੂਲਸ ਐਂਡ ਰੈਗੂਲੇਸ਼ਨਸ, ਐਂਡ ਇਟ
Well, ਅਸੀਂ ਯੂਨੀਵਰਸਿਟੀ ਦੇ ਵਿੱਚ ਜਿੰਦਰ ਐਮ ਬੀ ਏ ਕਰਦੇ ਸੀਗੇ ਜਿੱਥੇ ਮੈਂ ਲੋਅ ਕਰਦੀ ਸੀਗੀ ਸੋ ਵੀ ਮੈਟ ਬੈਕ ਇਨ ਇੰਡੀਆ ਸਾਡੀਆਂ ਫੈਮਿਲੀਜ਼ ਇੱਕ ਦੂਸਰੇ ਨੂੰ ਜਾਣਦੀਆਂ ਸੀਗੀਆਂ ਅਤੇ ਸਾਡੀ ਜਤਿੰਦਰ ਇੱਥੇ ਮੇਰੇ ਤੋਂ ਇੱਕ ਸਾਲ ਪਹਿਲਾਂ ਆ ਗਏ ਸੀਗੇ ਬਟ ਉਸ ਵੇਲੇ ਵੀ ਵਰ ਇੰਗੇਜਡ ਐਟ ਦੈਟ ਟਾਈਮ ਐਂਡ 2001 ਦੇ ਵਿੱਚ ਜਤਿੰਦਰ ਪਹਿਲਾਂ ਆਏ ਸੀਗੇ ਐਂਡ ਦੈਨ ਸਾਡਾ ਵਿਆਹ ਫਿਕਸ ਹੋਇਆ ਹੋਇਆ ਸੀਗਾ ਜਦੋਂ ਜਤਿੰਦਰ ਦੀ ਇਮੀਗ੍ਰੇਸ਼ਨ ਹੋ ਗਈ ਸੀਗੀ ਐਂਡ ਸੋ ਹੀ ਵੈਂਟ ਬੈਕ ਟੂ ਇੰਡੀਆ ਫਿਰ ਸਾਡਾ ਵਿਆਹ ਹੋਇਆ ਫਿਰ ਮੈਂ 2002 'ਚ ਉਹਨਾਂ ਨੂੰ ਜੁਆਇਨ ਕੀਤਾ ਐਂਡ ਯੂ ਹੈਵ ਟੂ ਬਿਊਟੀਫੁਲ ਡੌਟਰਸ ਉਹਨਾਂ ਦੇ ਨਾਂ ਦੱਸੋ ਹਾਂਜੀ ਦੋ ਬੇਟੀਆਂ ਨੇ ਜੀ ਸਾਡੀਆਂ ਵੱਡੀ ਕਿਰਪਾ ਕੌਰ 5 ਸਾਲ ਦੀ ਅਤੇ ਛੋਟੀ ਦਯਾ ਕੌਰ ਉਹ ਅਬਾਊਟ 1.5 ਸਾਲ ਦੀ ਆਲਮੋਸਟ 1.5 ਸਾਲ ਦੀ ਹੈ ਬਹੁਤ ਬਲੈਸਡ ਹੈਗੇ ਹਾਂ ਅਸੀਂ ਸਾਡੀ ਯੂ ਨੋ ਫੈਮਿਲੀ ਹੈ ਮੇਰੇ ਇਨਲੋਜ਼ ਵੀ ਸਾਡੇ ਨਾਲ ਹੀ ਰਹਿੰਦੇ ਨੇ ਸੋ ਆਮ ਵੈਰੀ ਵੈਰੀ ਫੋਰਚੁਨੇਟ ਵੀ ਫੈਮਿਲੀ ਸਪੋਰਟ ਵੀ ਹੈਗੀ ਐਂਡ ਆਈ ਹੈਵ ਐਨ ਇਨਲੋਜ਼ ਫੈਮਿਲੀ ਵਿਚ ਇਜ਼ ਯੂ ਨੋ ਲਾਈਕ ਮਾਈ ਪੇਰੈਂਟਸ ਟੂ ਮੀ ਸੋ ਫੈਮਿਲੀ ਲੈਵਲ 'ਤੇ ਬਹੁਤ ਬਹੁਤ ਜ਼ਿਆਦਾ ਬਲੈਸਡ ਹੈ ਯਾ ਸਾਨੂੰ ਜਤਿੰਦਰ ਹੋਣਾ ਬਾਰੇ ਹੁਣੇ ਪਹਿਲਾਂ ਆਪਾਂ ਗੱਲ ਕਰਦੇ ਸੀ ਇੱਕ ਫੈਕਟ ਨਿਕਲੀ ਆ ਕਿ ਇਹ ਸ਼ਹੀਦ ਭਾਈ ਭਗਤ ਸਿੰਘ ਦੀ ਜਿਹੜੀ ਫੈਮਿਲੀ ਆ ਉਹਨਾਂ ਦੇ ਵਿੱਚੋਂ ਆ ਜੀ ਉਹਦੇ ਬਾਰੇ ਦੱਸੋ ਸਾਨੂੰ ਹਾਂਜੀ ਸੋ ਸ਼ਹੀਦ ਭਗਤ ਸਿੰਘ ਹੋਣਾ ਦੀਆਂ 3 ਸਿਸਟਰ ਸੀਗੀਆਂ ਉਹਨਾਂ ਦੀ ਜਿਹੜੀ ਸਭ ਤੋਂ ਛੋਟੇ ਸਿਸਟਰ ਸੀਗੇ ਸ਼ਕੁੰਤਲਾ ਦੇਵੀ ਉਹ ਜਤਿੰਦਰ ਹੋਣਾ ਦੇ ਦਾਦੀ ਜੀ ਨੇ ਸੋ ਮੇਰੇ ਜਿਹੜੇ ਫਾਦਰ ਇਨ ਲਾਅ ਨੇ ਸਰਦਾਰ ਗੁਰਸੇਵਕ ਸਿੰਘ ਜੀ ਮਾਮਾ ਜੀ ਭਗਤ ਸਿੰਘ ਉਹਨਾਂ ਦੇ ਸਕੇ ਮਾਮਾ ਜੀ ਸੀਗੇ ਸੋ ਅਸੀਂ ਮੈਂ ਐਕਚੁਲੀ ਸਾਡੇ ਵਿਆਹ 'ਤੇ ਮਾਮਾ ਜੀ ਭਗਤ ਸਿੰਘ ਹੋਣਾ ਦੇ ਬ੍ਰਦਰ ਜਿਉਂਦੇ ਸੀਗੇ ਉਸ ਵੇਲੇ ਸਰਦਾਰ ਕੁਲਤਾਰ ਸਿੰਘ ਉਹਨਾਂ ਨੇ ਸਾਡੇ ਵਿਆਹ 'ਤੇ ਦਾਦੇ ਦੀ ਮਿਲਣੀ ਕੀਤੀ ਸੀਗੀ ਸੋ ਮੇਰੇ ਵਿਆਹ ਤੋਂ ਬਾਅਦ ਜਿੰਨੀ ਕੁ ਦੇਰ ਮੈਂ ਇੰਡੀਆ ਰਹੀ ਹਾਂ ਵਿਆਹ ਤੋਂ ਪਹਿਲਾਂ ਵੀ ਉਸ ਸਾਈਡ ਦੀ ਫੈਮਿਲੀ ਉਹਨਾਂ ਦੇ ਘਰ ਵੀ ਸਹਾਰਨਪੁਰ 2-3 ਵਾਰੀ ਜਾ ਕੇ ਆਈ ਸਾਰਿਆਂ ਨੂੰ ਮਿਲੇ ਹੋਏ ਹਾਂ ਆਈ ਰਿਮੈਂਬਰ ਉਹਨਾਂ ਦੇ ਘਰ ਜਦੋਂ ਗਏ ਸੀ ਉੱਥੇ ਮੈਨੂੰ ਪਿਕਚਰਸ ਦਿਖਾਉਂਦੇ ਸੀ ਸ਼ਹੀਦ ਭਗਤ ਸਿੰਘ ਹੋਣਾ ਦੀਆਂ ਜਦੋਂ ਸਕੂਲ ਗਏ 10ਵੀਂ ਕਲਾਸ 'ਚ ਸੀਗੇ ਸਟੋਰੀਜ਼ ਦੱਸਦੇ ਹੁੰਦੇ ਸੀਗੇ ਜਤਿੰਦਰ ਦੇ ਕੋਲ ਬਹੁਤ ਬੁੱਕਸ ਨੇ ਉਹਨਾਂ ਦੀਆਂ ਜਿਹੜੀਆਂ ਉਹ ਪੜ੍ਹਦੇ ਨੇ ਸੋ ਬੜਾ ਸਰੀਅਲ ਫੀਲਿੰਗ ਸੀ ਉਸ ਵੇਲੇ ਜਦੋਂ ਮੈਂ ਉਹਨਾਂ ਦੇ ਘਰ ਗਈ ਉਹਨਾਂ ਦੇ ਬ੍ਰਦਰਸ ਨੂੰ ਮਿਲੀ ਸੀਗੀ ਤੁਸੀਂ ਆਪਣੇ ਕਰੀਅਰ ਬਾਰੇ ਦੱਸੋ ਥੋੜ੍ਹਾ ਜਿਹਾ ਤੁਸੀਂ ਲਾਅ ਕਰ ਲਈ ਇੱਥੇ ਉਹਦੇ ਬਾਰੇ ਦੱਸੋ ਕਿ ਹਾਊ ਹੈਜ਼ ਯੋਰ ਕਰੀਅਰ ਪ੍ਰੋਗਰੈਸਡ ਵੈਲ ਹਾਂਜੀ ਇੰਡੀਆ ਤੋਂ ਮੈਂ ਲਾਅ ਆਲਰੇਡੀ ਕੀਤੀ ਹੋਈ ਸੀਗੀ ਐਲ ਐਲ ਬੀ ਦੀ ਡਿਗਰੀ ਸੀ ਮੇਰੇ ਕੋਲ ਇੱਥੇ ਆ ਕੇ ਫਿਰ ਮੈਂ ਅਪਗ੍ਰੇਡ ਕੀਤੀ ਆਪਣੀ ਐਜੂਕੇਸ਼ਨ ਕਿਸੇ ਵੀ ਪ੍ਰੋਫੈਸ਼ਨਲੀ ਕਿਸੇ ਹੋਰ ਕੰਟਰੀ ਤੋਂ ਆ ਕੇ ਇੱਥੇ ਆਉਣਾ ਸੈਟਲ ਹੋਣਾ ਥੋੜ੍ਹਾ ਜਿਹਾ ਤਾਂ ਔਖਾ ਲੱਗਦਾ ਜਿਵੇਂ ਐਗਜ਼ਾਮਪਲ ਮੈਂ ਦੇਵਾਂ ਵੀ ਅਸੀਂ ਮੈਂ ਤਾਂ ਜਦੋਂ ਦੋਵੇਂ ਇਮੀਗ੍ਰੈਂਟ ਸੀਗੇ ਸਾਡੀ ਕੋਈ ਇਮੀਡੀਏਟ ਫੈਮਲੀ ਨਹੀਂ ਸੀ ਸੋ ਵੀ ਰੀਅਲੀ ਡਿਡਨਟ ਨੋ ਐਨੀਵਨ ਜਦੋਂ ਪਹਿਲਾਂ ਤਾਂ ਚਲੋ ਤੁਸੀਂ ਐਗਜ਼ਾਮਸ ਲਿਖਦੇ ਹੋ ਉਹ ਚੈਲੰਜਸ ਹੁੰਦੇ ਨੇ ਤੁਹਾਡੇ ਜਦੋਂ ਪੜ੍ਹਾਈ ਪੂਰੀ ਹੋ ਗਈ ਆਪਣੀ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰਨੀ ਸੀਗੀ ਨਾ ਮੈਂ ਇੱਥੇ ਸਕੂਲ ਗਈ ਸੀਗੀ ਨਾ ਮੇਰੀ ਕੋਈ ਫੈਮਲੀ ਸੀ ਸੋ ਆਈ ਡਿਡ ਨੋਟ ਨੋ ਅ ਲੋਟ ਆਫ ਪੀਪਲ ਸੋ ਉਹਦੇ ਕਰਕੇ ਕਲਾਇੰਟਸ ਵੀ ਨਹੀਂ ਕੋਈ ਸੀਗੇ ਯੂ ਨੋ ਇਫ ਯੂ ਆਰ ਫਰੋਮ ਹੇਅਰ ਤੁਹਾਡੀ ਫੈਮਿਲੀ ਤੁਹਾਨੂੰ ਇਨੀਸ਼ਲੀ ਸਪੋਰਟ ਕਰਦੀ ਤੁਹਾਡਾ ਫਰੈਂਡ ਸਰਕਲ ਹੁੰਦਾ ਹੈ ਅਤੇ ਮੈਨੂੰ ਯਾਦ ਆ ਜਦੋਂ ਮੈਂ ਪਹਿਲੇ ਦਿਨ ਟੇਬਲ 'ਤੇ ਬੈਠੀ ਸੀਗੀ ਆਪਣੀ ਐਜ਼ ਅ ਵਕੀਲ ਆਪਣੀ ਪ੍ਰੈਕਟਿਸ ਜਦੋਂ ਸ਼ੁਰੂ ਕੀਤੀ ਮੇਰੇ 0 ਕਲਾਇੰਟ ਸੀਗੇ ਸੋ ਸਾਰੀ ਕਲਾਇੰਟਲ ਜਿਵੇਂ ਮਿਹਨਤ ਦੇ ਨਾਲ ਹੌਲੀ ਹੌਲੀ ਬਾਹਰ ਜਾਣਾ ਲੋਕਾਂ ਨੂੰ ਮਿਲਣਾ ਨੈਟਵਰਕਿੰਗ ਕਰਨੀ ਐਂਡ ਦੂਸਰੀ ਚੀਜ਼ ਮੇਰੇ ਅਤੇ ਜਤਿੰਦਰ ਦੋਹਾਂ ਦੇ ਵਿੱਚ ਵੀ ਆਲਵੇਜ਼ ਬਿਲੀਵਡ ਕਿ ਯੂ ਨੋ ਅਸੀਂ ਆਪ ਜਦੋਂ ਆਏ ਸੀਗੇ ਵੀ ਵੈਂਟ ਥਰੂ ਚੈਲੰਜਸ ਉਸ ਵੇਲੇ ਫੇਸਬੁੱਕ ਵਗੈਰਾ ਸੋਸ਼ਲ ਮੀਡੀਆ ਨਹੀਂ ਸੀਗਾ ਸੋ ਪਤਾ ਨਹੀਂ ਸੀ ਹੁੰਦਾ ਹੋਰ ਕੌਣ ਹੈ ਜਿਹੜੇ ਇੰਡੀਆ ਜਾਂ ਕਿਸੇ ਹੋਰ ਕੰਟਰੀ ਤੋਂ ਆਏ ਨੇ ਅਪਗ੍ਰੇਡਿੰਗ ਕਰ ਰਹੇ ਉਹਨਾਂ ਤੋਂ ਹੈਲਪ ਲੈ ਲਈਏ ਇੱਕ ਦੂਜੇ ਨਾਲ ਡਿਸਕਸ ਕਰ ਲਈਏ ਸੋ ਵੀ ਵੈਂਟ ਥਰੂ ਲੋਟ ਆਫ ਦੋਜ਼ ਚੈਲੰਜਸ ਐਂਡ ਪਲੱਸ ਬੈਕ ਹੋਮ ਤੋਂ ਵੀ ਸਾਡੇ ਦੋਵਾਂ ਦਾ ਬਿਲੀਫ ਹਮੇਸ਼ਾ ਐਂ ਰਹਿੰਦਾ ਸੀਗਾ ਵੀ ਜਿੰਨਾ ਅਸੀਂ ਸੋਸਾਇਟੀ ਨੂੰ ਵਾਪਸ ਦੇ ਸਕੀਏ ਵੀ ਸ਼ੁੱਡ ਸੋ ਅਸੀਂ ਵਾਲੰਟੀਅਰ ਬਹੁਤ ਕਰਦੇ ਹੁੰਦੇ ਸੀਗੇ ਜਿੱਥੇ ਵੀ ਜਿੰਨਾ ਕੁ ਵੀ ਜਦੋਂ ਨਵੇਂ ਨਵੇਂ ਆਏ ਸੀ ਬਹੁਤ ਜ਼ਿਆਦਾ ਫਾਈਨੈਂਸ਼ਲੀ ਉਦੋਂ ਸਾਊਂਡ ਨਹੀਂ ਹੁੰਦੇ ਤੁਸੀਂ ਯੂ ਨੋ ਯੂ ਆਰ ਸਟਿਲ ਸੈਟਲਿੰਗ ਸੋ ਆਵਰਸ ਜਿੱਥੇ ਪੁੱਟ ਇਨ ਕਰ ਸਕਦੇ ਸੀ ਆਵਰਸ ਪੁੱਟ ਇਨ ਕਰਦੇ ਸੀਗੇ ਜਦੋਂ ਅਸੀਂ ਯੂ ਨੋ ਉਸ ਤੋਂ ਬਾਅਦ ਵੀ ਆਰ ਬੈਟਰ ਵੀ ਟਰਾਈ ਟੂ ਵਾਲੰਟੀਅਰ ਇਨ ਡਿਫਰੈਂਟ ਵੇਜ਼ ਸੋ ਉਹ ਸਾਰੀ ਇਕੱਠੇ ਉਹ ਵਾਲਾ ਐਕਸਪੀਰੀਅੰਸ ਐਂਡ ਦੈਨ ਆਲਸੋ ਨੈਟਵਰਕਿੰਗ ਉਹ ਸਾਰੀ ਨੇ ਬਹੁਤ ਹੈਲਪ ਕੀਤਾ ਵਕਾਲਤ ਸੈਟਅਪ ਕਰਨ ਲਈ ਪਨੀਤ ਆਫਟਰ ਤੁਸੀਂ ਆਪਣੀ ਪ੍ਰੈਕਟਿਸ ਸੈਟਅਪ ਕੀਤੀ ਆ ਸੰਗੇੜਾ ਸੰਧਰ ਲਾਅ ਫਰਮ ਦੀ ਜੀ ਉਹਤੋਂ ਬਾਅਦ ਤੁਹਾਡੀ ਜਿਹੜੀ ਕਮਿਊਨਿਟੀ ਐਕਟੀਵਿਜ਼ਮ ਆ ਉਹ ਕਦੋਂ ਸ਼ੁਰੂ ਹੋਈ ਆ ਵੈਲ ਕਮਿਊਨਿਟੀ ਨਾਲ ਇਨਵੋਲਵਮੈਂਟ ਅਤੇ ਜਦੋਂ ਅਸੀਂ ਆਏ ਸੀਗੇ ਇਮੀਗ੍ਰੇਟ ਕੀਤੇ ਸੀ ਉਦੋਂ ਤੋਂ ਹੀ ਸ਼ੁਰੂ ਹੈ ਡਿਫਰੈਂਟ ਲੈਵਲਸ ਉਦੋਂ ਵਾਲੰਟੀਅਰ ਕਰਦੇ ਹੁੰਦੇ ਸੀਗੇ ਜਿੱਥੇ ਵੀ ਓਪਰਚੁਨਿਟੀ ਹੁੰਦੀ ਕਿਸੇ ਹੋਮਲੈਸ ਨੂੰ ਫੀਡ ਕਰਨਾ ਯੂਜ਼ ਟੂ ਬੀ ਅ ਪਾਰਟ ਆਫ ਵੇਰੀਅਸ ਅਦਰ ਔਰਗਨਾਈਜੇਸ਼ਨਸ ਅਸੀਂ ਫੂਡ ਡਰਾਈਵਸ ਕਰਨੀਆਂ ਬਲੈਂਕਿਟ ਡਰਾਈਵਸ ਕਰਨੀਆਂ ਕੰਬਲ ਵੰਡਣੇ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਟਾਈਮ ਹੋਰ ਮਿਲਦਾ ਰਿਹਾ ਹੋਰ ਇਨਵੋਲਵਮੈਂਟ ਹੁੰਦੀ ਰਹੀ ਸੋ ਫਰੋਮ ਦ ਡੇ ਆਈ ਸਟੈਪਡ ਇਨ ਟੂ ਕੈਨੇਡਾ ਉਦੋਂ ਦੀ ਕਮਿਊਨਿਟੀ ਇਨਵੋਲਵਮੈਂਟ ਸ਼ੁਰੂ ਹੈਗੀ ਹੈ ਪੋਲੀਟਿਕਸ ਵਿੱਚ ਇਨਵੋਲਵਮੈਂਟ ਕਦੋਂ ਸ਼ੁਰੂ ਕੀਤੀ
well politics vich vi because pichhon india to meri family meri family vi mere in-laws di family vi politically active hai gne politics de vich interest rakhde ha so meri bringing up vi aayi si gi so jo itthe aaye main vi jitender huni vi assi pehla maade ji research kiti vi kehdi party di ki background hai gi ha ki unna de manifestos ne ki you know ideology hai gi ha so us hisab de naal bc liberal party de mainu ae lagga vi meri you know apni ideology us party de naal mildi ha holi holi fir party de naal volunteer karna shuru kita kam karna shuru kita inne saalan to shuru to and fir different roles de vich different capacities de vich party de naal kam kita hega as a punjabi woman ek punjabi aurat hon de nate tonu koi challenges aaye hain getting into the position you're in right now mainu actually I've been very fortunate from the time I stepped into politics udovi punjabi non punjabi jade sige men jinna de naal main deal kardi si hamesha bahut izzat mili hai bahut support mili hai actually mainu a question bahut loki bahut vari puchde ve tusi you're a female thonu you know baki jade bande do they put you down do they look down on you thonu underestimate karde ne but I've been very fortunate I think mere naal at least but I think apa thoda underestimate karde ha especially punjabi men nu they're very supportive and as long as you're you know tusi they see ke tuhade qualities hegiyan ne and tuhadi credibility hegi hai har koi ladies gents sare support karde ne I've been very fortunate I have not had any experience mainu lagga hove ve koi mainu punjabi hon karke ya aurat hon karke mere na discriminate karda that leads into my next question your husband jitender how's his support been through all of this well he's been very supportive even from day one as I said jadon assi itthe move bhi hoye si I was very young and generally you know punjabi families hunda you should grow your family and you know you should focus on that and he's always been very supportive ohi mainu hamesha motivate karde rahe ne ve tusi pad lo pehla apni degree upgrade kar lo we can start family you know pehla padhai te importance deo us to baad jo jivein jivein jithe jithe vi main volunteer karna chahundi si ਜੇ ਕੋਈ ਬੋਰਡਸ ਤੇ ਆਰਗੇਨਾਈਜੇਸ਼ਨਸ ਤੇ ਬਹਿਣਾ ਚਾਹੁੰਦੀ ਸੀ ਐਂਡ ਦੇ ਯੂਜ਼ ਟੂ ਟੇਕ ਅ ਲੋਟ ਆਫ ਆਵਰਸ ਕਈ ਵਾਰੀ ਆਫਟਰ ਆਵਰਸ ਮੀਟਿੰਗਸ ਹੋਣੀਆਂ ਲੇਟ ਆਉਣਾ ਕਈ ਵਾਰੀ ਮੀਟਿੰਗਸ ਦੇ ਵਿੱਚ ਬਹੁਤ ਬੋਰਡਸ ਐਸੇ ਨੇ ਜਿਹਦੇ ਵਿੱਚ ਮੈਂ ਇਕੱਲੀ ਔਰਤ ਹੈ ਬਾਕੀ ਸਾਰੇ ਬੰਦੇ ਨੇ ਜਿਨ੍ਹਾਂ ਨਾਲ ਡੀਲ ਕਰਨਾ ਹੀ ਇਜ਼ ਆਲਵੇਜ਼ ਬੀਨ ਵੈਰੀ ਸਪੋਰਟਿਵ ਐਂਡ ਐਕਚੁਅਲੀ ਹੈਜ਼ ਆਲਵੇਜ਼ ਹੈਲਪਡ ਮੀ ਮੈਨੂੰ ਜੇ ਮੈਨੂੰ ਕੋਈ ਕੁਐਸਚਨ ਹੁੰਦਾ ਸੀ ਤਾਂ ਮੈਨੂੰ ਦੱਸਦੇ ਸੀ ਹਾਊ ਆਈ ਕੁਡ ਇੰਪਰੂਵ ਸੋ ਉਸ ਮਾਮਲੇ 'ਚ ਤੇ ਯੂ ਨੋ ਆਈਵ ਹੈਡ ਅ ਵੈਰੀ ਵੈਰੀ ਸਪੋਰਟਿਵ ਹਸਬੈਂਡ ਜੀ ਸਾਨੂੰ ਦੱਸੋਗੇ ਵਾਟ ਬੋਰਡਸ ਔਰ ਕਮਿਊਨਿਟੀ ਆਰਗੇਨਾਈਜੇਸ਼ਨਸ ਦੇ ਨਾਲ ਤੁਸੀਂ ਅਫੀਲੀਏਟਿਡ ਜਾਂ ਜਿੱਥੇ ਤੁਸੀਂ ਸਰਵ ਕਰ ਰਹੇ ਹੋ ਜੀ ਮੈਂ ਰੋਟਰੀ ਕਲੱਬ ਸਰੀ ਨਿਊਟਨ ਦਾ ਉਹਦੀ ਮੈਂਬਰ ਰਹੀ ਹਾਂ ਫਰੋਮ ਦ ਡੇ ਐਕਚੁਅਲੀ ਆਈ ਵਾਜ਼ ਵਨ ਆਫ ਦ ਫਾਊਂਡਿੰਗ ਮੈਂਬਰਸ ਸਰੀ ਦਾ ਜਿਹੜਾ ਬੋਰਡ ਆਫ ਵੇਰੀਅੰਸ ਹੈਗਾ ਸਿਟੀ ਆਫ ਸਰੀ ਦਾ ਉਹਦੇ 'ਤੇ ਬੈਠਦੀ ਹਾਂ ਬੀ ਸੀ ਦਾ ਲੀਗਲ ਸਰਵਿਸਿਸ ਸੁਸਾਇਟੀ ਕਰਕੇ ਆਰਗੇਨਾਈਜੇਸ਼ਨ ਹੈਗੀ ਇਟਸ ਅ ਕਰਾਊਨ ਕਾਰਪੋਰੇਸ਼ਨ ਜਿਹੜੀ ਪੂਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੀਗਲ ਏਡ ਰੈਗੂਲੇਟ ਕਰਦੀ ਹੈ ਉਹਦੇ ਬੋਰਡ 'ਤੇ ਮੈਂ ਹੈਗੀ ਹਾਂ ਮੇਅਰਜ਼ ਐਡਵਾਈਜ਼ਰੀ ਕਾਊਂਸਲ ਹੈਗਾ ਸਰੀ ਦੇ ਵਿੱਚ ਉਹਦੇ ਇੱਕ ਆਪਣੀ ਪੰਜਾਬ ਡਿਜੀਟਲ ਲਾਇਬ੍ਰੇਰੀ ਹੈਗੀ ਆਪਾਂ ਜਿਹੜੇ ਪੰਜਾਬ ਦੀ ਹਿਸਟਰੀ ਨੂੰ ਸਾਰੇ ਡਿਜੀਟਲਾਈਜ਼ ਕਰ ਰਹੇ ਉਹਦੇ ਬੋਰਡ 'ਤੇ ਬੈਠਦੀ ਹੈ ਹੋਰ ਕਾਫੀ ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਹੈਗੀ ਹੈ ਜਿਹੜੀ ਆਪਾਂ ਇੱਥੇ ਸ਼ੁਰੂ ਕੀਤੀ ਹੈ ਉਹਦੇ 'ਤੇ ਮੈਂ ਬੈਠਦੀ ਹਾਂ ਆਈ ਥਿੰਕ ਦੀ ਓਨਲੀ ਫੀਮੇਲ ਔਨ ਦੈਟ ਬੋਰਡ ਐਜ਼ ਵੈਲ ਸੋ ਕਾਫੀ ਬੋਰਡਸ ਨੇ ਜਿਨ੍ਹਾਂ 'ਚ ਮੈਂ ਪਾਰਟਿਸਿਪੇਟ ਕਰ ਰਹੀ ਹਾਂ ਜੀ ਬੈਲੈਂਸਿੰਗ ਪਹਿਲਾਂ ਤਾਂ ਆਪਣੀ ਪ੍ਰੈਕਟਿਸ ਤੇ ਫੈਮਿਲੀ ਯਾ ਟੂ ਯੰਗ ਡਾਟਰਸ ਉਹ ਤੇ ਹੁਣ ਇੱਕ ਯੂ ਨੋ ਵਾਇੰਗ ਟੂ ਬਿਕਮ ਦ ਰੈਪਰੈਜ਼ੈਂਟੇਟਿਵ ਸਰੀ ਪੈਨੋਰਾਮਾ ਜੀ ਵੈਲ ਬਹੁਤ ਮੁਸ਼ਕਿਲ ਹੈਗਾ ਈਵਨ ਨੋਟ ਜਸਟ ਆਫਟਰ ਸਟੈਪਿੰਗ ਇਨ ਟੂ ਪੋਲੀਟਿਕਸ ਈਵਨ ਪਹਿਲਾਂ ਵੀ ਐਜ਼ ਆ ਸੈਡ ਮੈਨੂੰ ਲੋਕਾਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪਈ ਬਿਕੋਜ਼ ਆਈ ਵਾਜ਼ ਨੋਟ ਓਰੀਜਨਲੀ ਬੋਰਨ ਐਂਡ ਰੇਜ਼ਡ ਹੇਅਰ ਸੋ ਮੇਰੀ ਇੰਨਾ ਸਰਕਲ ਨਹੀਂ ਸੀਗਾ ਆਪਣੀ ਪ੍ਰੈਕਟਿਸ ਸੈਟਅਪ ਕਰਨ ਵਾਸਤੇ ਵੀ ਸੋ ਬਹੁਤ ਔਖਾ ਹੁੰਦਾ ਬੈਲੈਂਸ ਕਰਨਾ ਯੂ ਹੈਵ ਟੂ ਰੀਅਲੀ ਵਰਕ ਰੀਅਲੀ ਹਾਰਡ ਟੂ ਕੀਪ ਇਟ ਅ ਬੈਲੈਂਸ ਇਜ਼ ਇਟ 100% ਗ੍ਰੇਟ ਨੋ ਹਰ ਬੰਦਾ ਜਿਹੜਾ ਕੰਮ ਕਰਦਾ ਉਹਨੂੰ ਥੋੜ੍ਹਾ ਜਿਹਾ ਯੂ ਹੈਵ ਟੂ ਗਿਵ ਇਟ ਯੂ ਨੋ ਗਿਵ ਐਂਡ ਟੇਕ ਹੁੰਦੀ ਹੈ ਬਟ ਮੇਰੀ ਫੈਮਲੀ ਜਿਵੇਂ ਮੇਰੇ ਇਨ-ਲੋਜ਼ ਮੇਰੇ ਨਾਲ ਰਹਿੰਦੇ ਨੇ ਮੇਰੇ ਪੇਰੈਂਟਸ ਵੀ ਇੱਥੇ ਹੈਗੇ ਨੇ ਉਹਨਾਂ ਦੀ ਸਪੋਰਟ ਦੇ ਨਾਲ ਥੋੜ੍ਹਾ ਸੌਖਾ ਹੋ ਜਾਂਦਾ ਹੈ ਰਾਈਟ ਉਸ ਤੋਂ ਬਾਅਦ ਬੱਚੇ ਆਏ ਬੱਚਿਆਂ ਦੇ ਨਾਲ ਬੈਲੈਂਸ ਕਰਨਾ ਕੰਮ ਦੇ ਨਾਲ ਹੋਰ ਜਿਹੜੀਆਂ ਵਾਲੰਟੀਅਰ ਵਰਕ ਕਰਦੀ ਸੀ ਆਰਗੇਨਾਈਜੇਸ਼ਨਸ 'ਤੇ ਬੈਠਦੀ ਸੀਗੀ ਉਹ ਬਟ ਇਕੱਲੇ ਆਈ ਥਿੰਕ ਪੋਸੀਬਲ ਨਹੀਂ ਹੈਗਾ ਤੁਹਾਡੇ ਨਾਲ ਤੁਹਾਡੇ ਆਲੇ ਦੁਆਲੇ ਲੋਕ ਨੇ ਤੁਹਾਡੇ ਹਸਬੈਂਡ ਤੁਹਾਡੀ ਫੈਮਲੀ ਜਿਹੜੀ ਹੈ ਐਕਸਟੈਂਡਡ ਫੈਮਲੀ ਉਹ ਜੇ ਨਾਲ ਚਿਪ ਇਨ ਕਰਨ ਫਿਰ ਥੋੜ੍ਹਾ ਸੌਖਾ ਹੋ ਜਾਂਦਾ ਬੈਲੈਂਸ ਕਰਨਾ ਐਂਡ ਫਿਰ ਪੋਲੀਟਿਕਸ ਦੇ ਵਿੱਚ ਸਟੈਪ ਇਨ ਕੀਤਾ ਪੋਲੀਟਿਕਸ ਜਾਣ ਤੋਂ ਬਾਅਦ ਕੋਈ ਇੱਦਾਂ ਇਟ ਵਾਜ਼ਨਟ ਨਿਊ ਬਿਕੋਜ਼ ਮੈਂ ਪਹਿਲਾਂ ਵੀ ਇਕੱਲਾ ਕੰਮ ਨਹੀਂ ਸੀ ਕਰਦੀ ਹੋਰ ਆਰਗੇਨਾਈਜੇਸ਼ਨਸ 'ਤੇ ਬਹੁਤ ਟਾਈਮ ਸਪੈਂਡ ਕਰਦੀ ਹੁੰਦੀ ਸੀ ਵਾਲੰਟੀਅਰ ਵਰਕ ਕਰਦੀ ਸੀਗੀ ਇਟਸ ਜਸਟ ਅ ਲਿਟਲ ਡਿਫਰੈਂਟ ਨਾਓ ਯਾ ਬਟ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਵੀ ਬੱਚਿਆਂ ਨੂੰ ਯੂ ਨੋ ਪ੍ਰਾਇਓਰਟੀ ਦਿੱਤੀ ਜਾਵੇ ਪਨੀਤ
Anita, when did you decide to run for Surrey Panorama? Surrey Panorama, kado decide kita te kyon? Well, main actually 2 saal pehla ek wari premier na kise meeting te mile sige ta us vele premier ne mainu slightly mention kita si Puneet, I want women like you to participate. Why don't you, you know, think about running? Te us vele bada dhyan nahi kita golya nahi, mera focus zyada apni practice setup karan te siga. Te lately pichle saal around September October fir premier dobara mainu mile te unhone fir same sawal dobara puchya. ਤੇ ਮੇਰੀ ਪਹਿਲਾਂ ਹੈਜ਼ੀਟੇਸ਼ਨ ਸੀਗੀ ਬਿਕੋਜ਼ ਐਜ਼ ਆਈ ਸੈਡ ਬੱਚੇ ਛੋਟੇ ਨੇ ਪ੍ਰੈਕਟਿਸ ਚੱਲ ਰਹੀ ਹੈ ਵਧੀਆ ਸਾਰਾ ਕੁਝ ਠੀਕ ਹੈ ਸੋ ਮੇਰਾ ਧਿਆਨ ਜ਼ਿਆਦਾ ਸੀਗਾ ਆਪਣੇ ਕੰਮ ਵੱਲ ਹੀ ਐਂਡ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਯੂ ਨੋ ਮੈਨੂੰ ਅਹਿਸਾਸ ਹੋਇਆ ਦੇ ਵਰ ਫਿਊ ਥਿੰਗਸ ਇੱਕ ਤੇ ਆਫਕੋਰਸ ਅਸੀਂ ਮੈਂ ਰਿਅਲਾਈਜ਼ ਕੀਤਾ ਵੀ ਅਸੀਂ ਕਈ ਦਾ ਤਾਂ ਹਮੇਸ਼ਾ ਹੈਗਾ ਵੀ ਸਾਡੀ ਕਮਿਊਨਿਟੀ 'ਚ ਹੋਰ ਲੋਕ ਪਾਰਟੀਸਪੇਟ ਕਰਨੇ ਚਾਹੀਦੇ ਨੇ ਪੋਲੀਟਿਕਸ ਦੇ ਵਿੱਚ ਸਾਨੂੰ ਚਾਹੀਦਾ ਆਪਣੇ ਯੰਗ ਬੱਚੇ ਆਉਣ ਜਿਹੜੇ ਕੇਪੇਬਲ ਲੋਕ ਨੇ ਉਹ ਪੋਲੀਟਿਕਸ 'ਚ ਆਉਣ ਬਟ ਹੁੰਦਾ ਕੀ ਹੈ ਔਰ ਇਹ ਸਿਚੁਏਸ਼ਨ ਹੈ ਜਿੱਥੇ ਆਪਣੇ ਲੀਡਰ ਜਿਹੜੇ ਸਾਨੂੰ ਆਪ ਕਹਿ ਰਹੇ ਨੇ ਵੀ ਤੁਸੀਂ ਯੂ ਨੋ ਆਈ ਵਾਂਟ ਯੂ ਗਾਈਜ਼ ਟੂ ਪਾਰਟੀਸਪੇਟ ਬਟ ਹੁੰਦਾ ਕੀ ਹੈ ਆਪਾਂ ਸੋਚੀਦਾ ਵੀ ਸਾਡੀ ਜ਼ਿੰਦਗੀ 'ਚ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਦੈਟਸ ਐਗਜ਼ੈਕਟਲੀ ਹਾਊ ਆਈ ਟੁੱਕ ਇਟ ਵੀ ਕੰਮ ਵਧੀਆ ਚੱਲ ਰਿਹਾ ਹੈ ਫੈਮਿਲੀ ਠੀਕ ਹੈ ਬੱਚੇ ਵਧੀਆ ਚੱਲ ਰਹੇ ਨੇ ਮੇਰਾ ਫੋਕਸ ਉੱਧਰ ਚਾਹੀਦਾ ਮੈਨੂੰ ਪੋਲੀਟਿਕਸ 'ਚ ਜਾਣ ਦੀ ਕੀ ਜ਼ਰੂਰਤ ਹੈ ਫਿਰ ਮੈਂ ਇਹ ਅਹਿਸਾਸ ਮੈਨੂੰ ਹੋਇਆ ਕਿ ਜੇ ਅਸੀਂ ਆਪਾਂ ਚਾਹੁੰਦੇ ਤਾਂ ਹੈਗੇ ਵੀ ਲੋਕੀ ਪਾਰਟੀਸਪੇਟ ਕਰਨ ਬਟ ਅਸੀਂ ਇਹ ਚਾਹੁੰਦੇ ਆ ਵੀ ਕੋਈ ਹੋਰ ਕਰੇ ਅਸੀਂ ਨਾ ਕਰੀਏ ਪੰਜਾਬ ਦੇ ਇੱਕ ਸਿੰਘ ਆ ਭਗਤ ਸਿੰਘ ਜੰਮੇ ਪਰ ਗਵਾਂਢੀਆਂ ਦੇ ਘਰੇ ਜੰਮੇ ਬਿਲਕੁਲ ਬਿਲਕੁਲ ਸੋ ਉਹੀ ਰਿਅਲਾਈਜੇਸ਼ਨ ਮੈਨੂੰ ਹੋਈ ਵੀ ਅਸੀਂ ਸਾਰੇ ਬੈਠ ਕੇ ਆਪਣੇ ਡਾਈਨਿੰਗ ਟੇਬਲ 'ਤੇ ਤਾਂ ਬਹੁਤ ਕਹਿੰਦੇ ਹਾਂ ਯੂ ਨੋ ਆਪਣੀ ਕਮਿਊਨਿਟੀ 'ਚ ਵਧੀਆ ਲੀਡਰ ਆਉਣ ਅੱਗੇ ਜਾਣ ਸਾਨੂੰ ਰੈਪ੍ਰਜੈਂਟ ਕਰਨ ਅਤੇ ਆਪਾਂ ਇੰਨੇ ਫੋਰਚੁਨੇਟ ਹੈਗੇ ਹਾਂ ਵੀ ਲੀਡਰ ਆਪ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਆਓ ਪਾਰਟੀਸਪੇਟ ਕਰੋ ਅਤੇ ਫਿਰ ਅਸੀਂ ਸਿਰਫ ਇਸ ਕਰਕੇ ਅੱਗੇ ਪੈਰ ਨਹੀਂ ਵਧਾਉਂਦੇ ਵੀ ਉਹ ਲਾਈਫ ਕੰਫਰਟੇਬਲ ਚੱਲ ਰਹੀ ਹੈ ਕੀ ਲੋੜ ਹੈ ਸੋ ਉਹ ਅਹਿਸਾਸ ਜਿਹੜਾ ਮੈਨੂੰ ਉਸ ਵੇਲੇ ਜਦੋਂ ਹੋਇਆ ਦੈਨ ਆਈ ਡਿਸਾਈਡਡ ਵੀ ਜੇ ਮੈਂ ਆਪ ਔਰ ਮੈਂ ਆਪ ਬੜੀ ਪੈਸ਼ਨੇਟ ਹੈਗੀ ਹਾਂ ਮੈਂ ਚਾਹੁੰਦੀ ਹਾਂ ਮੈਂ ਹਮੇਸ਼ਾ ਐਡਵੋਕੇਟ ਕਰਦੀ ਹਾਂ ਵੀ ਸਾਡਾ ਯੂਥ ਸਾਡੀ ਯੂ ਨੋ ਔਰਤਾਂ ਵੀ ਜਸਟ ਐਜ਼ ਮੱਚ ਇਨਵੋਲਵਡ ਹੋਣ ਪੋਲੀਟਿਕਸ ਜਿੰਨੇ ਯੂ ਨੋ ਸਾਡੇ ਬੰਦੇ ਹੈਗੇ ਨੇ ਸਾਡੀ ਕਮਿਊਨਿਟੀ ਤੋਂ ਹੁਣ ਜੇ ਮੈਨੂੰ ਓਪਰਚੁਨਿਟੀ ਮਿਲ ਰਹੀ ਹੈ ਤਾਂ ਜੇ ਮੈਂ ਆਪ ਹੀ ਨਹੀਂ ਉਹ ਪਹਿਲਾ ਸਟੈਪ ਲੈ ਸਕਦੀ ਮੈਂ ਬਾਕੀਆਂ ਤੋਂ ਕਿਵੇਂ ਐਕਸਪੈਕਟ ਕਰਾਂਗੀ ਵੀ ਤੁਸੀਂ ਪਾਰਟੀਸਪੇਟ ਕਰੋ ਪ੍ਰੀਤ ਕਿਹਾ ਜਾਂਦਾ ਆ ਕਿ ਤੁਹਾਡੀ ਰਿਲੇਸ਼ਨਸ਼ਿਪ ਕ੍ਰਿਸਟੀ ਕਲਾਰਕ ਨਾਲ ਯੂ ਐਟ ਅ ਪਰਸਨਲ ਲੈਵਲ ਕਿ ਤੁਹਾਡੀ ਕਾਫੀ ਜਿਹੜੀ ਫਰੈਂਡਸ਼ਿਪ ਆ ਕਿ ਉਸੇ ਬੇਸ ਕਰਕੇ ਤੁਸੀਂ ਜਿਹੜਾ ਉਹਨੇ ਤੁਹਾਨੂੰ ਕਨਵਿੰਸ ਕੀਤਾ ਰਨ ਕਰਨ ਨੂੰ ਤੁਹਾਡੀ ਕ੍ਰਿਸਟੀ ਕਲਾਰਕ ਨਾਲ ਲੀਡਰ ਨਾਲ ਪ੍ਰੀਮੀਅਰ ਨਾਲ ਸਾਡੀ ਨਾਲ ਕਿਹੋ ਜਿਹੀ ਰਿਲੇਸ਼ਨਸ਼ਿਪ ਆ ਵੈਲ ਮੈਂ ਬੀਸੀ ਲਿਬਰਲ ਪਾਰਟੀ ਦੇ ਨਾਲ ਤਾਂ ਐਜ਼ ਅ ਸੈਡ ਜਦੋਂ ਤੋਂ ਇਮੀਗ੍ਰੇਟ ਹੋਈ ਸੀ ਕਾਫੀ ਸਾਲਾਂ ਤੋਂ ਇਨਵੋਲਵਡ ਹੈਗੀ ਹਾਂ ਬਟ ਜ਼ਿਆਦਾ ਐਕਟਿਵ ਇਨਵੋਲਵਮੈਂਟ ਮੇਰੀ ਹੋਈ ਸੀਗੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਦੀ ਲੀਡਰਸ਼ਿਪ ਰੇਸ ਤੋਂ ਯੂ ਨੋ ਆਈ ਰੀਲੀ ਬਿਲੀਵਡ ਇਨ ਹਰ ਲੀਡਰਸ਼ਿਪ ਆਈ ਰੀਲੀ ਬਿਲੀਵਡ ਯੂ ਨੋ ਇਨ ਅ ਫੈਕਟ ਕਿ ਯੂ ਨੋ ਬੀਂਗ ਅ ਵੂਮਨ ਸ਼ੀ ਇਜ਼ ਡੂਇੰਗ ਸੱਚ ਅ ਗ੍ਰੇਟ ਜੋਬ ਸ਼ੀ ਇਜ਼ ਸੋ ਟਫ ਐਂਡ ਸੋ ਫਰੋਮ ਟਾਈਮ ਫਿਰ ਉਹ ਲੀਡਰ ਯੂ ਨੋ ਇਲੈਕਟ ਵੀ ਹੋ ਗਏ ਆਪਣੀ ਲੀਡਰਸ਼ਿਪ ਰੇਸ ਜਿੱਤ ਗਏ ਉਸ ਤੋਂ ਬਾਅਦ ਉਹਨਾਂ ਨੇ ਐਜ਼ ਅ ਪ੍ਰੀਮੀਅਰ 2 ਸਾਲ ਲੀਡ ਕੀਤਾ ਫਿਰ ਨੈਕਸਟ ਇਲੈਕਸ਼ਨਸ ਆ ਗਈਆਂ ਸੋ ਓਵਰ ਟਾਈਮ ਜਿਵੇਂ ਉਹਨਾਂ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਜਿਹੜੇ ਡਿਸੀਜਨਸ ਲਏ ਆ ਵਾਸ ਰੀਅਲੀ ਇੰਪ੍ਰੈਸਡ ਵਿਦ ਦੈਟ ਐਂਡ ਆਈ ਥਿੰਕ ਆਪਾਂ ਬੜੇ ਫੋਰਚੁਨੇਟ ਹੈਗੇ ਹਾਂ ਫਰੋਮ ਆਲ ਦ ਲੀਡਰਸ ਆਈ ਥਿੰਕ ਸ਼ੀ ਇਜ਼ ਵਨ ਆਫ ਦ ਲੀਡਰਸ ਜਿਹੜੀ ਸਾਡੀ ਕਮਿਊਨਿਟੀ ਨੂੰ ਬਹੁਤ ਇੱਜ਼ਤ ਦਿੰਦੀ ਹੈ ਸਾਡੀ ਕਮਿਊਨਿਟੀ ਨੂੰ ਵੀ ਹੋਰ ਜਿਹੜੀਆਂ ਐਥਨਿਕ ਕਮਿਊਨਿਟੀਜ਼ ਨੇ ਉਹਨਾਂ ਨੂੰ ਬਹੁਤ ਇੱਜ਼ਤ ਦਿੰਦੇ ਨੇ ਸੋ ਉਹ ਸਾਰਾ ਕੁਝ ਦੇਖ ਕੇ ਆਮ ਵੈਰੀ ਇੰਪ੍ਰੈਸਡ ਬਾਈ ਹਰ ਐਂਡ ਆਈ ਬਿਲੀਵ ਕਿ ਜੇ ਯੂ ਨੋ ਇਹੋ ਜੇ ਲੀਡਰ ਹੋਵੇ ਕੋਈ ਦੀਜ਼ ਆਰ ਦ ਕੁਆਲਿਟੀਜ਼ ਦੈਟ ਆਈ ਵਾਂਟ ਇਨ ਅ ਲੀਡਰ ਸੋ ਉਸ ਕਰਕੇ ਯੂ ਨੋ ਉਹਨਾਂ ਦੇ ਨਜ਼ਦੀਕ ਨੇੜੇ ਕੰਮ ਕਰਨ ਦੇ ਨਾਲ ਐਂਡ ਪਾਰਟੀ ਦੇ ਵਿੱਚ ਵੀ ਮੈਂ ਬਹੁਤ ਕਪੈਸਿਟੀਜ਼ ਦੇ ਵਿੱਚ ਇਨ ਦ ਪਾਸਟ ਕੰਮ ਕੀਤਾ ਹੈਗਾ ਸੋ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨੇੜੇ ਹੋਣ ਦਾ ਕਿਉਂਕਿ ਆਮ ਹੀ ਨੌਲੇਜ ਵਿੱਚ ਸਾਰਿਆਂ ਦੇ ਆਲਮੋਸਟ ਕਮਿਊਨਿਟੀ ਦੇ ਇਹ ਆ ਕਿ ਜਦੋਂ ਕ੍ਰਿਸਟੀ ਕਲਾਰਕ ਦੀ ਲੀਡਰਸ਼ਿਪ ਰੇਸ ਹੋਈ ਸੀਗੀ ਉਦੋਂ ਕਾਫੀ ਉਹਨਾਂ ਦੇ ਆਪਦੀ ਪਾਰਟੀ ਦੇ ਲਾ ਲਓ ਬੰਦੇ ਜਾਂ ਪਬਲਿਕ ਵੀ ਕਾਫੀ ਜਿਹੜੀ ਸੀ ਉਹ ਡਾਊਟ ਕਰਨ ਲੱਗ ਪਈ ਸੀ ਵੀ ਸ਼ਾਇਦ ਇਹ ਜਿੱਤੇ ਜਾਂ ਇਹਨੇ ਹਾਰ ਜਾਣਾ ਤੇ ਤੁਸੀਂ ਉਦੋਂ ਉਹਨਾਂ ਲਈ ਖੜ ਕੇ ਐਜ਼ ਅ ਸਪੋਕਸਮੈਨ ਇਨ ਦੀ ਐਥਨਿਕ ਕਮਿਊਨਿਟੀ ਤੁਸੀਂ ਬੋਲੇ ਆ ਸੋ ਉਹਦੇ ਲਈ ਆਈ ਥਿੰਕ ਅ ਲੋਟ ਆਫ ਪੀਪਲ ਜਿਹੜੀ ਆ ਤੁਹਾਨੂੰ ਇਸ ਕਰਕੇ ਵੀ ਰਿਸਪੈਕਟ ਕਰਦੇ ਆ ਕਿ ਯੂ ਡਿਡਨਟ ਜੰਪ ਸ਼ੇਪ ਔਰ ਬੈਗ ਆ ਕਿ ਡਰ ਕੇ ਜੀ ਐਕਟੀ ਤੇ ਨਹੀਂ ਹਾਰ ਜਾਣਾ ਪਰ ਤੁਸੀਂ ਵਿਨ ਔਰ ਲੂਜ਼ ਯੂ ਆਰ ਵਿਦ them ਜੀ ਵੈਲ ਮੇਰਾ ਬਲੀਫ ਹਮੇਸ਼ਾ ਇਹ ਰਿਹਾ ਕਿ ਜਿਹੜੀ ਚੀਜ਼ ਮੈਨੂੰ ਠੀਕ ਲੱਗਦੀ ਹੈ ਇੱਕ ਵਾਰੀ ਮੈਂ ਐਨਾਲਾਈਜ਼ ਕਰਦੀ ਹਾਂ ਅਸੈਸ ਕਰਦੀ ਹਾਂ ਔਰ ਮੈਂ ਜਿਸ ਚੀਜ਼ ਬਲੀਵ ਕਰਦੀ ਹਾਂ ਉਹ ਜੇ ਠੀਕ ਹੈਗੀ ਆ ਦੈਨ ਆਈ ਗੋ ਵਿਦ ਇਟ ਦੈਨ ਆਈ ਡੂ ਨੋਟ ਸੀ ਵੀ ਇਹਦੇ 'ਚ ਫਾਇਦਾ ਹੈਗਾ ਜਾਂ ਨੁਕਸਾਨ ਹੈਗਾ ਐਂਡ ਦੈਟ ਵਾਜ਼ ਐਗਜੈਕਟਲੀ ਦ ਕੇਸ ਵਿਦ ਦ ਲੀਡਰਸ਼ਿਪ ਰੇਸ ਸੇਮ ਥਿੰਗ ਨਾਓ ਹੁਣ ਜਿਵੇਂ ਮੇਰੀ ਪ੍ਰੈਕਟਿਸ ਬੜੀ ਵਧੀਆ ਚੱਲਦੀ ਹੈ ਯੂ ਨੋ ਵਾਹਿਗੁਰੂ ਦੀ ਮਿਹਰ ਹੈਗੀ ਆ ਕੰਮ ਕਾਰੋਬਾਰ ਵਧੀਆ ਚੱਲ ਰਿਹਾ ਔਰ ਉਹ ਛੱਡ ਕੇ ਆਮ ਸਟੈਪਿੰਗ ਇਨ ਟੂ ਪੋਲੀਟਿਕਸ ਸੋ ਆਮ ਨੋਟ ਡੂਇੰਗ ਦਿਸ ਵੇ ਮੈਨੂੰ ਕੋਈ ਜੋਬ ਦੀ ਜ਼ਰੂਰਤ ਹੈ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਕਰਨੇ ਨੂੰ ਆਈ ਐਮ ਲੀਵਿੰਗ ਆਲ ਆਫ ਦੈਟ ਇੱਥੇ ਆ ਰਹੀ ਬਿਕੋਜ਼ ਮੈਨੂੰ ਲੱਗ ਰਿਹਾ ਦਿਸ ਇਜ਼ ਦ ਰਾਈਟ ਥਿੰਗ ਟੂ ਡੂ ਤੁਸੀਂ ਹੁਣ ਬਾਹਰ ਆਪਣੀ ਕੰਸਟੀਚੁਐਂਟਸ ਨੂੰ ਮਿਲਦੇ ਆ ਕਮਿਊਨਿਟੀ ਦੇ ਲੀਡਰਸ ਨੂੰ ਮਿਲਦੇ ਆ ਬਿਜ਼ਨਸਮੈਨਾਂ ਨੂੰ ਮਿਲਦੇ ਆ ਕੀ ਫੀਡਬੈਕ ਤੁਹਾਨੂੰ ਕਮਿਊਨਿਟੀ ਤੋਂ ਮਿਲ ਰਹੀ ਆ ਜਾਂ ਸਰੀ ਪੈਨੋਰਾਮਾ ਦੇ ਜਿਹੜੇ ਆਪਣੇ ਕੰਸਟੀਚੁਐਂਟਸ ਆ ਉਹਨਾਂ ਤੋਂ ਕੀ ਤੁਹਾਨੂੰ ਫੀਡਬੈਕ ਮਿਲ ਰਹੀ ਆ ਜੀ ਵੈਲ ਮੈਂ ਆਪ ਐਜ਼ ਅ ਯੂ ਨੋ ਮੈਂ ਆਪ ਰਾਈਡਿੰਗ 'ਚ ਰਹਿੰਦੀ ਹੈਗੀ ਹਾਂ ਐਜ਼ ਸਮਨ ਹੂ ਲਿਵਸ ਇਨ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚ ਮੈਨੂੰ ਲੱਗਦਾ ਜਿਹੜੇ ਕੁਛ ਇੱਕ ਮੁੱਦੇ ਸਾਡੇ ਲਈ ਬਹੁਤ ਜ਼ਰੂਰੀ ਨੇ ਇੱਕ ਤਾਂ ਨੰਬਰ 1 ਐਜੂਕੇਸ਼ਨ ਯੂ ਨੋ ਮੇਰੇ ਦੋ ਛੋਟੇ ਬੱਚੇ ਨੇ ਮੇਰੀਆਂ ਦੋਵੇਂ ਬੇਟੀਆਂ ਨੇ ਸਾਰੇ ਸਕੂਲ ਸਿਸਟਮ ਦੇ ਵਿੱਚੋਂ ਨਿਕਲਣਾ ਹੈਗਾ ਅਤੇ
ਫੋਕਸ ਹੈਗਾ ਆਫ ਕੋਰਸ ਸਾਡੀ ਗਵਰਨਮੈਂਟ ਨੇ ਯੂ ਨੋ ਐਜੂਕੇਸ਼ਨ ਦੇ ਵਿੱਚ ਬਹੁਤ ਪੈਸਾ ਲਗਾਇਆ ਇਨਫਰਾਸਟ੍ਰਕਚਰ ਸਕੂਲਸ ਯੂ ਨੋ ਬਣਾਏ ਨੇ ਇੰਪਰੂਵ ਕੀਤਾ ਹੈਗਾ ਬਟ ਐਟ ਦ ਸੇਮ ਟਾਈਮ ਸਰ ਹੀ ਆਪਣੀ ਕਮਿਊਨਿਟੀ ਇੰਨੀ ਫਾਸਟ ਗਰੋਇੰਗ ਹੈ ਵੀ ਇੰਨੇ ਜ਼ਿਆਦਾ ਪਾਪੂਲੇਸ਼ਨ ਉਹਦੀ ਰੈਗੂਲਰਲੀ ਵੱਧਦੀ ਰਹਿੰਦੀ ਹੈ ਦੈਨ ਟੂ ਬੀ ਏਬਲ ਟੂ ਕੀਪ ਅਪ ਵਿਦ ਦੈਟ ਟੂ ਕੰਟੀਨਿਊ ਇਨ ਦ ਸੇਮ ਡਾਇਰੈਕਸ਼ਨ ਹੈਲਥ ਕੇਅਰ ਆਪਣੀ ਕਮਿਊਨਿਟੀ ਵਾਸਤੇ ਯੂ ਨੋ ਬਹੁਤ ਜ਼ਰੂਰੀ ਹੈਗੀ ਹੈ ਵੀ ਵਧੀਆ ਹੈਲਥ ਕੇਅਰ ਪ੍ਰੋਵਾਈਡ ਕਰਨੀ ਵੀ ਹੈਵ ਸਟੇਟ ਆਫ ਦੀ ਆਰਟ ਫੈਸਿਲਿਟੀ ਜਿਹੜਾ ਨਵਾਂ ਹੈਲਥ ਕੇਅਰ ਸਿਸਟਮ ਨਵਾਂ ਸਰੀ ਮੋਰੀਅਲ ਹੋਸਪਿਟਲ ਐਕਸਪੈਂਡ ਹੋਇਆ ਬਟ ਐਟ ਦ ਸੇਮ ਟਾਈਮ ਡਿਮਾਂਡ ਵੀ ਉਨੀ ਵੱਧ ਰਹੀ ਹੈ ਉਹ ਹੋ ਗਿਆ ਪਲੱਸ ਆਪਣੀ ਕਮਿਊਨਿਟੀ ਵਿੱਚ ਸਪੈਸ਼ਲੀ ਸਰੀ ਪੈਨੋਰਾਮਾ ਦੇ ਵਿੱਚ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਬਾਕੀ ਯੂ ਨੋ ਕਮਿਊਨਿਟੀਜ਼ ਰਾਈਡਿੰਗਸ ਦੇ ਵਿੱਚ ਹੈਗੀਆਂ ਨੇ ਐਂਡ ਸਾਡੀ ਰਾਈਡਿੰਗ 'ਚ ਨਹੀਂ ਹੈ ਫੋਰ ਐਗਜ਼ਾਮਪਲ ਰੈਕ੍ਰੀਏਸ਼ਨਲ ਸੈਂਟਰ ਕਮਿਊਨਿਟੀ ਦਾ ਇਹੋ ਜਿਹੀਆਂ ਚੀਜ਼ਾਂ ਦਿਸ ਇਜ਼ ਵਟ ਆਈ ਐਮ ਹੀਅਰਿੰਗ ਐਂਡ ਐਜ਼ ਅ ਰੈਜ਼ੀਡੈਂਟ ਮਾਈ ਸੈਲਫ ਦਿਸ ਇਜ਼ ਵਟ ਆਈ ਫੀਲ ਨੂੰ ਮੇਰਾ ਫੋਕਸ ਉਹਨਾਂ ਚੀਜ਼ਾਂ 'ਤੇ ਜ਼ਿਆਦਾ ਹੈਗਾ ਐਂਡ ਕ੍ਰਾਈਮ ਯੂ ਨੋ ਉਹ ਤਾਂ ਆਲ ਓਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਹੀ ਮੇਜਰ ਇਸ਼ੂ ਬਣਿਆ ਹੋਇਆ ਯਾ ਐਗਜ਼ੈਕਟਲੀ ਇਟਸ ਅ ਬਿਗ ਇਸ਼ੂ ਅਕ੍ਰੋਸ ਦ ਕੰਟਰੀ ਆਈ ਥਿੰਕ ਆਪਾਂ ਨੂੰ ਕੱਲਾ ਇੱਕ ਰਾਈਡਿੰਗ ਤੇ ਨਹੀਂ ਫੋਕਸ ਕਰ ਸਕਦੇ ਬਿਲਕੁਲ ਔਰ ਨਾ ਹੀ ਕੱਲਾ ਇੱਕ ਪਾਰਟੀ ਦੇ ਉਹਦੇ 'ਤੇ ਆਈ ਥਿੰਕ ਦੈਟ ਇਜ਼ ਵਨ ਇਸ਼ੂ ਜਿਹੜਾ ਹੁਣ ਬਹੁਤ ਸੈਂਸਿਟਿਵ ਇਸ਼ੂ ਹੈ ਸਾਰੇ ਉਹਦੇ ਲਈ ਪਰੇਸ਼ਾਨ ਹੈਗੇ ਨੇ ਫੈਡਰਲ ਗਵਰਨਮੈਂਟ ਯੂ ਨੋ ਪ੍ਰੋਵਿੰਸ਼ੀਅਲ ਗਵਰਨਮੈਂਟਸ ਆਲ ਓਵਰ ਕੈਨੇਡਾ ਵੀ ਸ਼ੁਡਨਟ ਪਲੇ ਪੋਲਿਟਿਕਸ ਅਰਾਊਂਡ ਦੈਟ ਉਹ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ ਵੀ ਉਹਨੂੰ ਕਿਵੇਂ ਰਿਜ਼ੋਲਵ ਕੀਤਾ ਜਾਏ ਥੈਂਕਸ ਫੋਰ ਯੂਰ ਟਾਈਮ ਇਟ ਵਾਸ ਗ੍ਰੇਟ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਸਾਨੂੰ ਜਿਹੜੇ ਇਸ ਰਾਈਡਿੰਗ ਦੇ ਸਾਡੇ ਕੰਸਟੀਚੂਐਂਟਸ ਦੇਖ ਰਹੇ ਆ ਉਹਨਾਂ ਨੂੰ ਡਿਸੀਜਨ ਮੇਕਿੰਗ ਲਈ ਆਈ ਥਿੰਕ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ ਨਾ ਤਾਂ ਤੈਨੂੰ ਕਿ ਪੁਨੀਤ ਸੰਧਰ ਕੌਣ ਆ ਇਨ ਦ ਫਿਊਚਰ ਆਪਾਂ ਇਸ਼ੂਜ਼ 'ਤੇ ਬੈਠ ਕੇ ਵੀ ਗੱਲਬਾਤ ਕਰਾਂਗੇ ਬਟ ਥੈਂਕ ਯੂ ਫੋਰ ਯੂਰ ਟਾਈਮ ਇਟ ਵਾਸ ਨਾਈਸ ਮੀਟਿੰਗ ਯੂ ਐਂਡ ਯੂਰ ਫੈਮਿਲੀ ਥੈਂਕ ਯੂ ਥੈਂਕਸ ਫੋਰ ਗਿਵਿੰਗ ਮੀ ਦੀ ਓਪਰਚੁਨਿਟੀ ਵੀ ਮੈਂ ਤੁਹਾਡੇ ਨਾਲ ਐਂਡ ਤੁਹਾਡੇ ਥਰੂ ਤੁਹਾਡੇ ਸਾਰੇ ਵਿਊਅਰਸ ਦੇ ਨਾਲ ਗੱਲਬਾਤ ਕਰ ਸਕਾਂ ਥੈਂਕ ਯੂ ਥੈਂਕ ਯੂ ਦੋਸਤੋ ਇਹ ਸਨ ਪੁਨੀਤ ਸੰਧਰ ਲਿਬਰਲ ਪਾਰਟੀ ਤੋਂ ਜੋ ਕਿ ਸਰੀ ਪੈਨਾਰਾਮਾ ਰਿਜ ਦੇ ਵਿੱਚ ਖੜ੍ਹੇ ਹੋਏ ਨੇ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਵੇਗਾ ਅਸੀਂ ਅਗਲੇ ਹਫ਼ਤੇ ਇੱਕ ਹੋਰ ਨਵਾਂ ਕੈਂਡੀਡੇਟ ਜਿਹੜਾ ਲੈ ਕੇ BC ਇਲੈਕਸ਼ਨ ਦੇ ਵਿੱਚ ਜੋ ਭਾਗ ਲੈ ਰਿਹਾ ਤੁਹਾਡੇ ਰੂਬਰੂ ਕਰਾਂਗੇ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੇ ਤੁਹਾਨੂੰ ਇਸ ਸ਼ੋਅ ਪ੍ਰਤੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਕੋਈ ਸੁਝਾਅ ਹੋਵੇ ਤੁਸੀਂ ਹੇਠ ਲਿਖੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹਾਂ ਅਗਲੇ ਹਫ਼ਤੇ ਤੱਕ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ